ਸਾਸਰੀ ਕਾਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਜਿਸ ਦਾ ਨਾਮ ਹੈ ਮਾਨਕੁਦ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਪੱਗ ਬੰਨ੍ਹਦੇ ਸਮੇਂ ਪੂਣੀ ਨੂੰ ਕੰਟਰੋਲ ਕਿਵੇਂ ਕੀਤਾ ਜਾਂਦਾ ਹੈ ਕਈ ਵੀਰਾਂ ਦੀ ਡਿਮਾਂਡ ਸੀ ਕਿ ਉਹਨਾਂ ਦੀ ਜਿਹੜੀ ਪੂਣੀ ਪੱਗ ਬੰਨ੍ਹਦੇ ਸਮੇਂ ਖੁੱਲ ਜਾਂਦੀ ਹੈ ਜਾਂ ਨਾ ਕੋਈ ਕੰਟਰੋਲ ਨਹੀਂ ਰਹਿੰਦਾ ਪੂਣੀ ਤੇ ਜਿਸ ਕਰਕੇ ਉਹਨਾਂ ਦੀ ਪੱਗ ਦੀ ਸ਼ੇਪ ਜਿਹੜੀ ਸਹੀ ਨਹੀਂ ਰਹਿੰਦੀ ਵੀਡੀਓ ਦੇ ਵਿੱਚ ਸਾਰੀਆਂ ਜੋ ਪ੍ਰੋਬਲਮ ਹੈ ਉਸ ਨੂੰ ਕਵਰ ਕੀਤਾ ਹੈ ਹਰੇਕ ਪੱਲੇ ਦੇ ਵਿੱਚ ਜਿਹੜੀ ਪੂਣੀ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਵੀਡੀਓ ਦੇ ਵਿੱਚ ਪੂਰਾ ਡਿਟੇਲ ਦੇ ਨਾਲ ਉਸ ਚੀਜ਼ ਨੂੰ ਕਵਰ ਕੀਤਾ ਗਿਆ ਸੋ ਵੀਡੀਓ ਨੂੰ ਸਕਿਪ ਨਾ ਕਰਨਾ ਅਖ ਜਿਹੜੇ ਵੀ ਚੈਨਲ ਦੇ ਨਾਲ ਮੇਰੇ ਜੁੜੇ ਨੇ ਵੀਡੀਓ ਨੂੰ ਪੂਰਾ ਦੇਖਣ ਦੇ ਬਾਅਦ ਜੋ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਣਾ ਤਾਂ ਜੋ ਨਵੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਵੀਡੀਓ ਨੂੰ ਜੋ ਹੈ ਹਰ ਵਾਰਤੋਂ-ਵਾਰ ਸ਼ੇਅਰ ਕਰਿਆ ਕਰੋ ਤਾਂ ਜਿੰਨੇ ਵੀ ਪੱਕ ਦੇ ਪ੍ਰੇਮੀ ਨੇ ਉਹਨਾਂ ਤੱਕ ਸਾਡੀ ਜਿਹੜੀ ਵੀਡੀਓ ਪਹੁੰਚ ਸਕੇ ਇੰਸਟਾਗ੍ਰਾਮ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਗਿਆ ਹੈ ਉੱਥੇ ਜਾ ਕੇ ਤੁਸੀਂ ਮੈਨੂੰ ਡੀਐਮ ਕਰਕੇ ਕੋਈ ਵੀ ਆਪਣਾ ਜੋ ਸਵਾਲ ਕਰ ਸਕਦੇ ਹੋ ਚਲੋ ਜੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਸੱਦਿਓ ਕੀ ਪਕ ਬੰਨਣ ਵਾਸਤੇ ਅਸੀਂ ਸਭ ਤੋਂ ਪਹਿਲਾਂ ਜੋ ਮੱਥਾ ਟੇਕ ਕੇ ਪਕ ਦੀ ਸ਼ੁਰੂਆਤ ਕਰਾਂਗੇ ਹੁਣ ਪੂਣੀ ਨੂੰ ਦੇਖ ਲਓ ਕਿ ਜਿਹੜੇ ਪੂਣੀ ਦੇ ਦੋ ਖੁੱਲੇ ਕਿਨਾਰੇ ਹੁੰਦੇ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਜਿਹੜੇ ਦੇਖੋ ਖੁੱਲੇ ਕਿਨਾਰੇ ਹੁੰਦੇ ਨੇ ਉਹਨਾਂ ਨੂੰ ਜੋ ਐਸੇ ਸੱਜੀ ਸਾਈਡ ਰੱਖਣਾ ਹੈ ਤੇ ਜਿਹੜਾ ਬੰਦ ਪਾਸਾ ਹੁੰਦਾ ਹੈ ਪੂਣੀ ਦਾ ਜਾਂ ਜਿਹਨੂੰ ਮੋਟਾ ਪਾਸਾ ਕਹਿ ਲੈਂਦੇ ਆ ਉਹ ਅਸੀਂ ਜੋ ਖੱਬੀ ਸਾਈਡ ਰੱਖਾਂਗੇ ਇਸ ਤਰੀਕੇ ਦੇ ਨਾਲ ਇਹ ਜਿਹ ਖੱਬੀ ਸਾਈਡ ਤੇ ਇਧਰੋਂ ਮੂੰਹ ਦੇ ਵਿੱਚ ਪੁੱਲਾ ਰੱਖ ਲਏ ਆ ਇਹ ਵਾਲੀ ਸਾਈਡ ਤੇ ਜੋ ਹੈ ਸਾਡਾ ਮੋਟਾ ਪਾਸਾ ਆਏਗਾ ਪੂਣੀ ਦਾ ਪੂਣੀ ਦੀ ਵੀਡੀਓ ਕੱਲ ਅਸੀਂ ਚੈਨਲ ਤੇ ਅਪਲੋਡ ਕੀਤੀ ਹੈ ਇਹ ਦੇਖੋ ਇਹ ਹੈ ਜੀ ਬੰਦ ਪਾਸਾ ਇਸ ਨੂੰ ਜੋ ਖੱਬੀ ਸਾਈਡ ਵਾਲੇ ਪਾਸੇ ਰੱਖਣਾ ਹੈ ਤੇ ਸੱਜੀ ਸਾਈਡ ਵਾਲੇ ਪਾਸੇ ਜੋ ਇਹ ਖੁੱਲਾ ਪਾਸਾ ਰੱਖਾਂਗੇ ਪੱਗ ਦੇ ਬੇਸ ਦੀ ਵੀਡੀਓ ਦਾ ਲਿੰਕ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਗਿਆ ਹੈ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਹੁਣ ਪਹਿਲਾਂ ਲੜ ਕਿਵੇਂ ਲਗਾਉਣਾ ਹੈ ਇਹ ਵੀ ਦੇਖ ਲਓ غور ਦੇ ਨਾਲ ਇਸ ਤਰੀਕੇ ਨਾਲ ਸਭ ਤੋਂ ਪਹਿਲਾਂ ਕੋਸ਼ਿਸ਼ ਕਰਿਆ ਕਰੋ ਕਿ ਸੱਜੀ ਅੱਖ ਦੇ ਉੱਪਰ ਜੋ ਹੈ ਇਸ ਨੂੰ ਟਿਕਾਇਆ ਕਰੋ ਯਾਨੀ ਕਿ ਇਸ ਦਾ ਸੈਂਟਰ ਜੋ ਹੈ ਇਹ ਵਾਲੀ ਜਗ੍ਹਾ ਤੇ ਬਣਾਇਆ ਕਰੋ ਸੱਜੀ ਅੱਖ ਦੇ ਉੱਪਰ ਪੱਗ ਬਨਨ ਦੇ ਬਾਅਦ ਖਿਸਕ ਕੇ ਆਪਣੇ ਆਪ ਜੋ ਨੱਕ ਦੀ ਸੇਤ ਤੇ ਚਲ ਜਾਂਦਾ ਹੈ ਜੇ ਨਾ ਜਾਵੇ ਤਾਂ ਬਾਅਦ ਵਿੱਚ ਕਰ ਸਕਦੇ ਹਾਂ ਪਰ ਜੇ ਪਹਿਲਾਂ ਹੀ ਅਸੀਂ ਨੱਕ ਦੀ ਸੇਤੇ ਰੱਖ ਲਾਵਾਂਗੇ ਤਾਂ ਬਾਅਦ ਵਿੱਚ ਜੇ ਖਿਸਕ ਗਿਆ ਤਾਂ ਉਸ ਦਾ ਇਲਾਜ ਕੋਈ ਨਹੀਂ ਹੈ ਤੇ ਪੂਣੀ ਜਿਹੜੀ ਇਸ ਤਰੀਕੇ ਨਾਲ ਦੇਖ ਲਓ ਕਿ ਪਹਿਲੇ ਪੱਲੇ ਦੇ ਵਿੱਚ 4 ਕੁੰਗਲਾ ਪੂਣੀ ਖੋਲਣੀ ਹੈ ਇਸ ਤੋਂ ਜ਼ਿਆਦਾ ਪੂਣੀ ਨਹੀਂ ਖੋਲਣੀ ਤੁਸੀਂ ਚਾਹੇ ਪੱਗ ਫੁੱਲ ਵੈਲ ਦੀ ਮੰਨੋ ਚਾਹੇ ਰੂਬੀਆ ਵੈਲ ਦੀ ਰੂਲ ਦੋਨਾਂ ਵਾਸਤੇ ਜੋ ਹੈ ਸੇਮ ਰਹੇਗਾ ਇਸ ਤਰੀਕੇ ਦੇ ਨਾਲ ਜਿਹੜੇ ਵਟ ਹੈ ਉਹਨਾਂ ਨੂੰ ਫਰੋਲ ਦੇਣਾ ਜੋ ਤੁਸੀਂ ਥੱਲੇ ਨੂੰ ਲੈ ਕੇ ਆਣਾ ਹੈ ਵਟ ਜ਼ਿਆਦਾ ਕਿਵੇਂ ਪਾਈਦੇ ਨੇ ਪੱਗ ਵਿੱਚ ਉਸ ਦੀ ਵੀਡੀਓ ਦਾ ਲਿੰਕ ਜੋ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੈ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਜ਼ਿਆਦਾ ਵਟ ਕਿ ਅੱਜ ਦੀ ਵੀਡੀਓ ਤੇ ਸਾਡਾ ਟੌਪਿਕ ਹੈ ਕਿ ਪੂਣੀ ਦੀ ਵਰਤੋਂ ਕਿਵੇਂ ਕਰਨੀ ਹੈ ਭਗਮਨ ਦੇ ਸਮੇਂ ਕਿ ਜਿਹੜੀ ਪੂਣੀਏ ਖੁੱਲੇ ਨਾ ਤੁਹਾਡੀ ਜਿਹੜੀ ਪੱਗ ਨੂੰ ਬੰਨ੍ਹਦੇ ਸਮੇਂ ਉਸ ਨੂੰ ਜੋ ਐਸੀ ਕਵਰ ਕੀਤਾ ਹੈ ਸੋ ਵੀਡੀਓ ਨੂੰ ਸਕਿਪ ਨਾ ਕਰਨਾ ਹਰੇਕ ਲਾੜ ਦੇ ਵਿੱਚ ਅਲੱਗ-ਅਲੱਗ ਰੂਲ ਨੇ ਹੁਣ ਬੈਕ ਸਾਈਡ ਤੋਂ ਦੇਖੋ ਬੈਕ ਸਾਈਡ ਤੋਂ ਇਸ ਤਰੀਕੇ ਦੇ ਨਾਲ ਜੋ ਇਹ ਪਿੰਚ ਲਗਾਉਣਾ ਹੁੰਦਾ ਹੈ ਰੀਡ ਦੀ ਹੱਡੀ ਦੇ ਉੱਪਰੋਂ ਇਸ ਤਰੀਕੇ ਦੇ ਨਾਲ ਰੀਡ ਦੀ ਹੱਡੀ ਦੇ ਉੱਪਰ ਜੋ ਇਹ ਪਿੰਚ ਲਗਾਉਣਾ ਦਾ ਹੈ ਇਸ ਦੇ ਨਾਲ ਤੁਹਾਡੀ ਪੂਣੀ ਖੁੱਲਦੀ ਨਹੀਂ ਹੈ ਬੈਕ ਸਾਈਡ ਤੋਂ ਤਾਂ ਜਦੋਂ ਤੁਸੀਂ ਸੱਜੀ ਸਾਈਡ ਤੇ ਜਾਓ ਤਾਂ ਤੁਹਾਡੀ ਪੂਣੀ ਬਰਕਰਾਰ ਰਹੇ ਉਸੇ ਤਰੀਕੇ ਨਾਲ ਜਿੱਦਾਂ ਤੁਸੀਂ ਕੀਤੀ ਹੋਈ ਹੈ ਬਾਰੋਲੀ ਸਾਈਡ ਨੂੰ ਪੂਰਾ ਖੋਲਣਾ ਹੈ ਤੇ ਅੰਦਰ ਵਾਲੀ ਸਾਈਡ ਨੂੰ ਜਿਹੜਾ ਘੱਟ ਖੋਲਣਾ ਹੈ ਉਸ ਤੋਂ ਚਾਰ ਗੁੰਗਲਾਂ ਜੋ ਹੈ ਘੱਟ ਖੁੱਲਾਂਗੇ ਅੰਦਰ ਵਾਲੀ ਸਾਈਡ ਨੂੰ ਬਾਹਰ ਵਾਲੀ ਸਾਈਡ ਤੋਂ ਭਾਵ ਜਿਹੜੀ ਬਾਹਰੋਂ ਦਿਖਾਈ ਦੇਗੀ ਇਹ ਹੈ ਜੀ ਅੰਦਰ ਵਾਲੀ ਸਾਈਡ ਜਿਹੜੀ ਸਿਰ ਦੇ ਨਾਲ ਲੱਗਦੀ ਏ ਤੇ ਇਹ ਹੈ ਜੀ ਬਾਹਰ ਵਾਲੀ ਸਾਈਡ ਠੀਕ ਹੈ ਜੀ ਜਿਹੜੀ ਥੱਲੇ ਲੰਮ ਕਰਈਏ ਇਸ ਨੂੰ ਅਸੀਂ ਬਾਹਰ ਵਾਲੀ ਸਾਈਡ ਕਹਿੰਦੇ ਆ ਜਿਹੜੀ ਬਾਹਰਲੀ ਸਾਈਡ ਤੋਂ ਦਿਖਾਈ ਦੇਗੀ ਇਹ ਵਾਲੀ ਚੀਜ਼ ਤੋਂ ਤੇ ਦੇਖੋ ਜਿਹੜਾ ਇਹਨਾਂ ਦੋਵਾਂ ਦਾ ਕਪੜਾ ਜੋ ਅੰਦਰ ਨੂੰ ਲੋਕ ਕਿਤਾ ਗਿਆ ਸੀ ਉਸ ਨੂੰ ਜੋ ਹੈ ਸੱਜੇ ਹੱਥ ਦੇ ਨਾਲ ਫੜਿਆ ਗਿਆ ਉੱਪਰਲੇ ਪਾਸੇ ਮੋਟਾ ਪਾਸਾ ਜੋ ਉਪ ਦੇਖ ਸਕਦੇ ਹੋ ਕਿ ਚਾਰ ਜਾਂ ਚਾਰ ਤੋਂ ਵੱਧ ਉਂਗਲਾਂ ਦਾ ਫਰਕ ਰੱਖਦੇ ਆ ਹੁਣ ਪੂਣੀ ਨੂੰ ਇਕੱਠਾ ਕਰਕੇ ਉੱਪਰ ਨੂੰ ਜਾ ਕੇ ਲਗਾ ਦੇਣਾ ਹੈ ਚਾਹੇ ਤੁਸੀਂ ਸੈਮੀ ਪਟਿਆਲਾ ਪੱਗ ਮੰਨੋਂ ਚਾਹੇ ਤੁਸੀਂ ਪਟਿਆਲਾ ਸ਼ਹੀ ਪੱਗ ਮੰਨੋਂ ਤੁਹਾਡੇ ਉੱਪਰ ਡਿਪੈਂਡ ਕਰਦਾ ਹੁਣ ਦੇਖੋ ਬਾਹਰ ਵਾਲੀ ਸਾਈਡ ਜਿਹੜੀ ਅਸੀਂ ਪਤਲੀ ਰੱਖੀ ਸੀ ਇਸ ਦੇ ਕਰਕੇ ਜੋ ਸਾਡਾ ਖੱਬਾ ਪਾਸਾ ਉਹ ਪੂਰਾ ਪਤਲਾ ਦਿਖਾਈ ਦੇਗਾ ਹੁਣ ਉੱਪਰ ਵਾਲੀ ਸਾਈਡ ਤੋਂ ਚਾਰੀਂ ਉਂਗਲਾਂ ਦੀ ਮਦਦ ਕਰਦੇ ਹੋ ਇਹ ਭੱਲੇ ਨੂੰ ਸਾਫ਼ ਵੀ ਕਰ ਸਕਦੇ ਹੋ ਤੇ ਮੋਟਾ ਵੀ ਕਰ ਸਕਦੇ ਹੋ ਹੁਣ ਪਹਿਲਾ ਜਿਹੜਾ ਪਿੰਚ ਲਗਾਉਣਾ ਹੈ ਉਹ ਸੱਜੀ ਅੱਖ ਦੇ ਉੱਪਰ ਲਗਾਵਾਂਗੇ ਪਿੰਚ ਪਿੰਚ ਲਗਾਉਣ ਤੋਂ ਪਹਿਲਾਂ ਤੁਸੀਂ ਜੋ ਇਹ ਕੱਪ ਕਿ ਪੂਰਾ ਪਤਲਾ ਕਰ ਲਿਆ ਹੁਣ ਖੱਬਾ ਹੱਥ ਦੇਖੋ ਇੰਨੀ ਦੂਰ ਰੱਖਣਾ ਜਿਹੜਾ ਬੈਕ ਸਾਈਡ ਤੱਕ ਲੈ ਕੇ ਜਾ ਸਕੇ ਇਸ ਦੇ ਨਾਲ ਤੁਹਾਡੀ ਖੱਬੀ ਸਾਈਡ ਦੀ ਪੂਣੀ ਕੰਟਰੋਲ ਰਹਿੰਦੀ ਏ ਖੁੱਲਦੀ ਨਹੀਂ ਆ ਆਹ ਦੇਖ ਸਕਦੇ ਹੋ ਕਿ ਪੂਰਾ ਜੋ ਪਤਲਾ ਰੱਖਿਆ ਸੀ ਅਸੀਂ ਇਹ ਸੀ ਕਪੜਾ ਇਸੇ ਕਰਕੇ ਜੋ ਅਸੀਂ ਬਾਹਰ ਵਾਲਾ ਪਾਸਾ ਲਮਕਾਇਆ ਸੀ ਤਾਂ ਜੋ ਜਦੋਂ ਅਸੀਂ ਪਿੰਚ ਲਗਾਵਾਂਗੇ ਇਹ ਵਾਲੀ ਜਗ੍ਹਾ ਤੋਂ ਪਿੰਚ ਲੱਗੇਗਾ ਜੀ ਪਹਿਲਾਂ ਗੌਰ ਨਾਲ ਦੇਖ ਲਓ ਸੱਜੀ ਅੱਖ ਦੇ ਉੱਪਰੋਂ ਪਿੰਚ ਲੱਗੇਗਾ ਸੇਹ ਤੋਂ ਜਿੱਥੇ ਪੱਲਾ ਲੱਗਿਆ ਹੈ ਪਹਿਲਾਂ ਉਸ ਤੋਂ ਜੋ 1 ਉਂਗਲ ਉੱਚਾ ਪਿੰਚ ਲਗਾਵਾਂਗੇ ਠੀਕ ਹੈ ਜੀ ਬਿੰਚ ਪ੍ਰੋਬਲਮ ਦੀ ਵੀਡੀਓ ਵੀ ਅਸੀਂ ਉਸ ਦਾ ਲਿੰਕ ਵੀ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੈ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਬਿੰਚ ਪ੍ਰੋਬਲਮ ਦੀ ਵੀਡੀਓ ਇਸ ਤਰੀਕੇ ਦੇ ਨਾਲ ਪੱਲੇ ਨੂੰ ਚੱਕ ਕੇ ਤੇ ਲਗਾ ਦੇਣਾ ਹੁਣ ਦੇਖੋ ਫਿਰ ਤੋਂ ਦੇਖ ਸਕਦੇ ਹੋ ਪੱਲਾ ਜਿਹੜਾ ਪਤਲਾ ਕਰਦੇ ਹਾਂ ਪੂਰਾ ਸੱਜੇ ਹੱਥ ਨਾਲ ਇਸ ਤਰੀਕੇ ਨਾਲ ਚੱਕਣਾ ਹੈ ਪੱਲੇ ਨੂੰ ਰੱਖ ਦੇਣਾ ਹੁਣ ਖੱਬੇ ਹੱਥੀ ਵਰਤੋ ਦੇਖੋ ਪੂਣੀ ਨਾ ਕਿਵੇਂ ਕਰਨੀ ਹੈ ਚਾਹੇ ਤਾਂ ਤੁਸੀਂ ਇਸ ਨੂੰ ਦੋ ਉਂਗਲਾਂ ਦੇ ਫਰਕ ਤੇ ਰੱਖੋ ਚਾਹੇ ਇੱਕ ਉਂਗਲ ਦੇ ਫਰਕ ਤੇ ਰੱਖੋ ਚਾਹੇ ਇਸ ਤੋਂ ਜ਼ਿਆਦਾ ਰੱਖੋ ਚਾਹੇ ਇਸ ਤੋਂ ਵੀ ਘੱਟ ਰੱਖੋ ਅਸੀਂ ਜੋ ਹੈ ਇੱਕ ਉਂਗਲ ਦੇ ਫਰਕ ਤੇ ਰੱਖਣਾ ਹੈ ਪੱਲੇ ਨੂੰ ਇਸ ਕਰਕੇ ਜੋ ਹੈ ਇੱਕ ਉਂਗਲ ਦਾ ਫਰਕ ਤੇ ਰੱਖਣਾ ਹੈ ਤੇ ਜਿਹੜਾ ਖੱਬਾ ਹੱਥ ਹੈ ਉਸ ਨੂੰ ਇਸੇ ਕਰਕੇ ਪੱਲੇ ਨੂੰ ਦੂਰੋਂ ਫੜਿਆ ਗਿਆ ਸੀ ਤਾਂ ਜੋ ਪੂਣੀ ਨੂੰ ਪ੍ਰੋਪਰਲੀ ਕੰਟਰੋਲ ਕਰ ਸਕੀਏ ਖੱਬੀ ਸਾਈਡ ਤੋਂ ਵੀ ਇਸ ਤਰੀਕੇ ਨਾਲ ਖੱਬੀ ਸਾਈਡ ਤੋਂ ਪੂਣੀ ਕੰਟਰੋਲ ਕੀਤੀ ਜਾਂਦੀ ਹੈ ਹੁਣ ਜਿਹੜੇ ਵਾਟੇ ਆ ਉਹਨਾਂ ਨੂੰ ਫਰੋਲ ਕੇ ਥੱਲੇ ਨੂੰ ਲੈ ਆਉਣਾ ਹੈ ਜਿੰਨੇ ਤੁਸੀਂ ਵਾਟ ਫਰੋਲ ਦੇ ਜਾਓਗੇ ਉਹਨਾਂ ਦੀ ਵਿਜ਼ਿਬਿਲਟੀ ਵਾਧੀ ਜਾਏਗੀ ਜੇ ਤੁਸੀਂ ਵਾਟ ਜ਼ਿਆਦਾ ਚਾਹੁੰਦੇ ਹੋ ਪੌਣੇ ਪੱਗ ਦੇ ਵਿੱਚ ਉਸ ਦੀ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਚ ਦਿੱਤਾ ਗਿਆ ਹੈ ਉਹਨਾਂ ਵਾਸਤੇ ਵੀ ਇੱਕ ਸਿੰਪਲ ਜਿਹਾ ਲੌਜੀਕ ਹੈ ਕਿ ਸਭ ਤੋਂ ਪਹਿਲਾਂ ਇਹਦੇ ਟੈਂਪਰੀਰੀ ਵਰਟ ਹੈ ਇਸੇ ਤਰੀਕੇ ਨਾਲ ਹੱਥ ਨਾਲ ਫਰੋਲ ਕੇ ਪਾਈਦੇ ਹੁੰਦੇ ਨੇ ਤੇ ਬਾਅਦ ਵਿੱਚ ਅਖੀਰ ਤੇ ਜੋ ਪੱਗ ਪੈਂਦੀ ਵਰਤੋਂ ਜਾਂ ਬਾਜ ਦੀ ਵਰਤੋਂ ਨਾਲ ਕਰ ਸਕਦੇ ਹੋ ਬੈਕ ਸਾਈਡ ਤੋਂ ਫਿਰ ਤੋਂ ਦੇਖੋ ਪਿੰਚ ਲਗਾ ਲਿਆ ਇਸ ਤਰੀਕੇ ਨਾਲ ਅੰਦਰ ਨੂੰ ਜੋ ਦੋਵਾਂ ਸਾਈਡਾਂ ਉੱਪਰਲੀ ਸਾਈਡ ਤੇ ਥੱਲੇੜੀ ਸਾਈਡ ਤੋਂ ਪੱਗ ਨੂੰ ਅੰਦਰ ਨੂੰ ਫੋਲਡ ਕਰ ਲਿਆ ਇਸ ਨਾਲ ਤੁਹਾਡੀ ਜਿਹੜੀ ਸੱਜੀ ਸਾਈਡ ਦੀ ਪੂਣੀ ਖੁੱਲ ਜਾਂਦੀ ਹੈ ਉਹ ਪੂਣੀ ਕਦੀ ਨਹੀਂ ਖੁੱਲੇਗੀ ਜੀ ਤੁਹਾਡੀ ਠੀਕ ਹੈ ਜੀ ਹੁਣ ਫਿਰ ਤੋਂ ਦੇਖੋ ਸੱਜੀ ਸਾਈਡ ਤੋਂ ਆਕੇ ਇਸ ਤਰੀਕੇ ਨਾਲ ਜਿਹੜੀ ਬਾਹਰ ਵਾਲੀ ਸਾਈਡ ਹੈ ਉਸ ਨੂੰ ਪੂਰਾ ਖੋਲਿਆ ਤੇ ਅੰਦਰ ਵਾਲੀ ਸਾਈਡ ਨੂੰ ਉਸ ਲੋ 4 ਉਂਗਲਾਂ ਘੱਟ ਖੋਲਣਾ ਹੈ ਇਹ ਚੀਜ਼ ਤੁਸੀਂ ਹਮੇਸ਼ਾ ਯਾਦ ਰੱਖਣੀ ਹੈ ਕਿ 4 5 ਜਾਂ 3 ਉਂਗਲਾਂ ਜੋ ਹੈ ਅੰਦਰ ਵਾਲੀ ਸਾਈਡ ਘੱਟ ਹੀ ਖੋਲਣੀ ਹੈ ਹਮੇਸ਼ਾ ਚਾਹੇ ਕੋਈ ਵੀ ਪੱਗ ਬੰਨੋ ਇਸ ਤਰੀਕੇ ਦੇ ਨਾਲ ਬਾਹਰ ਵਾਲੀ ਸਾਈਡ ਦੇਖੋ ਪੂਰੀ ਖੋਲੀ ਹੈ 4 ਉਂਗਲਾਂ ਤੇ ਉਹ 4 ਉਂਗਲਾਂ ਜੋ ਹੈ ਅੰਦਰ ਵਾਲੀ ਸਾਈਡ ਘੱਟ ਖੋਲੀ ਹੈ ਮੋਟਾ ਪਾਸਾ ਜਾਂ ਬੰਦ ਪਾਸਾ ਜੋ ਹੈ ਉੱਪਰ ਫੜਿਆ ਹੈ ਅਸੀਂ ਸੱਜੇ ਹੱਥ ਦੇ ਨਾਲ ਠੀਕ ਹੈ ਇਸ ਤਰੀਕੇ ਨਾਲ ਚਾਰੀਂ ਉਂਗਲਾਂ ਜਿਹੜੀਆਂ ਅੰਦਰ ਨੂੰ ਪਾਈਆਂ ਹੀ ਹੈਂ ਅੰਗੂਠਾ ਬਾਹਰ ਰੱਖਿਆ ਹੈ ਇਸ ਦੇ ਨਾਲ ਤੁਹਾਡੀ ਜਿਹੜੀ ਪੂਣੀ ਹੈ ਉਹ ਵੀ ਨਹੀਂ ਖੁੱਲੇਗੀ ਇਸ ਤਰੀਕੇ ਦੇ ਨਾਲ ਬੈਕ ਸਾਈਡ ਤੋਂ ਆ ਕੇ ਫਿਰ ਤੋਂ ਸੈੱਟ ਕਰਨਾ ਹੈ ਪੱਲਾ ਠੀਕ ਹੈ ਜੀ ਇਸ ਤਰੀਕੇ ਨਾਲ ਬੈਕ ਸਾਈਡ ਤੋਂ ਸੈੱਟ ਕਰਨਾ ਹੈ ਪੱਲਾ ਤੇ ਪੱਲਿਆਂ ਦੇ ਵਿੱਚ ਤੁਸੀਂ ਫਰਕ ਆਪਣੇ ਹਿਸਾਬ ਦੇ ਨਾਲ ਰੱਖ ਸਕਦੇ ਹੋ ਅੱਜ ਦੀ ਵੀਡੀਓ ਵਿੱਚ ਅਸੀਂ ਦੋ ਉਂਗਲਾਂ ਦਾ ਫਰਕ ਰੱਖਿਆ ਹੈ ਤੇ ਪੂਣੀ ਜਿਹੜੀ ਹੈ ਸੱਜੀ ਕਰਨ ਤੋਂ ਉੱਪਰ ਹੀ ਰੱਖਣੀ ਹੈ ਜੀ ਛੇ ਲੜਾਂ ਦੀ ਪਾਗ ਵਿੱਚ ਤਿੰਨ ਪੱਲੇ ਜਿਹੜੇ ਉੱਤੋਂ ਉੱਪਰੀ ਆ ਸਕਦੇ ਨੇ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਦੇਖੋ ਉੱਪਰਲੀ ਸਾਈਡ ਤੋਂ ਸੈੱਟ ਕਰਨਾ ਪੱਗ ਦੇ ਉੱਪਰੋਂ ਦੀ ਪਾ ਕੇ ਤੇ ਜਿਹੜੀ ਪੱਗ ਨੂੰ ਸਫਾਈ ਦੇ ਸਕਦੇ ਹੋ ਤੇ ਪੱਗ ਦਾ ਪੱਲਾ ਜਿਹੜਾ ਉਸ ਨੂੰ ਮੋਟਾ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਦੇਖੋ ਦੋ ਉਂਗਲਾਂ ਦਾ ਜੋ ਇਹ ਫਰਕ ਰੱਖਿਆ ਐ ਸੀ ਪੱਲੇ ਦੇ ਵਿੱਚ ਤੇ ਪੱਲਾ ਜਿਹੜਾ ਦੇਖੋ ਪੂਰਾ ਪਤਲਾ ਐ ਹੁਣ ਜੋ ਪਿੰਚ ਲਗਾਉਣ ਦੇ ਬਾਅਦ ਪ੍ਰੋਬਲਮ ਹੁੰਦੀ ਐ ਵੀਰਾਂ ਨੂੰ ਹੁਣ ਖੱਬਾ ਹੱਥ ਫਿਰ ਤੋਂ ਦੇਖੋ ਖੱਬੇ ਹੱਥ ਦੀ ਵਰਤੋਂ ਕਿਵੇਂ ਕਰ ਰਹੇ ਹਾਂ ਪੂਣੀ ਨੂੰ ਕੰਟਰੋਲ ਕਰਨ ਵਾਸਤੇ ਕਿ ਜਿਹੜਾ ਦੂਰ ਤੱਕ ਲੈ ਕੇ ਜਾ ਸਕੇ ਹੁਣ ਇਹ ਵਾਲਾ ਪਿੰਚ ਵੀ ਆਲਮੋਸਟ ਉਸੇ ਜਗ੍ਹਾ ਤੇ ਲਗਾਵਾਂਗੇ ਜਿੱਥੇ ਪਹਿਲਾਂ ਪਿੰਚ ਲਗਾ ਸੀ ਸਾਡਾ ਇਹ ਵਾਲੀ ਜਗ੍ਹਾ ਤੇ ਠੀਕ ਐ ਜੀ ਤੇ ਜਿੱਥੇ ਪਿਛਲਾ ਪਿੰਚ ਲੱਗਾ ਸੀ ਉਸ ਤੋਂ ਜੋ ਹੈ ਇੱਕ ਉਂਗਲ ਉੱਚਾ ਪਿੰਚ ਲੱਗੇਗਾ ਤੇ ਪੂਣੀ ਜਿਹੜੀ ਹੈ ਇਸ ਤਰੀਕੇ ਦੇ ਨਾਲ ਖੱਬਾ ਚ ਦੂਰ ਰੱਖਣਾ ਹੈ ਇਹ ਵਾਲੀ ਜਗ੍ਹਾ ਤੋਂ ਪਿੰਚ ਲਗਾਉਣ ਦੇ ਬਾਅਦ ਹੁਣ ਖੱਬੇ ਹੱਥ ਦੀ ਵਰਤੋਂ ਫਿਰ ਤੋਂ ਦੇਖੋ ਚਾਹੇ ਤੁਸੀਂ ਇਸ ਨੂੰ ਉੱਚਾ ਰੱਖੋ ਚਾਹੇ ਥੱਲੇ ਰੱਖੋ ਜਿੱਥੇ ਤੁਸੀਂ ਰੱਖਣਾ ਚਾਹੋ ਖੱਬੇ ਹੱਥ ਨਾਲ ਰੱਖ ਸਕਦੇ ਹੋ ਜੇ ਤੁਸੀਂ ਉਸ ਨੂੰ ਦੂਰੋਂ ਫੜਿਆ ਆਏ ਪੱਲੇ ਨੂੰ ਤਾਂ ਦੂਰੋਂ ਫੜਨ ਤੋਂ ਪਾਓ ਕਿ ਬੈਕ ਸਾਈਡ ਤੱਕ ਜਾਂਦਾ ਹੈ ਪੱਲਾ ਉੱਥੋਂ ਫੜਿਆ ਆਇਆ ਨਾ ਉਸ ਦੇ ਬਾਅਦ ਜਿਹੜੇ ਵਾਟੇ ਫਰੋਲ ਕੇ ਰੱਖ ਲੈਣੇ ਨੇ ਅਸੀਂ ਜੋ ਕੋਸ਼ਿਸ਼ ਕਰਨੀ ਹੈ ਕਿ ਇਹ ਵਾਲਾ ਜਿਹੜਾ ਪੱਲਾ ਹੈ ਜਿਹੜਾ ਇਹ ਵਾਲੀ ਜਗ੍ਹਾ ਤੇ ਦੇਖੋ ਦੋ ਉਂਗਲਾਂ ਦਾ ਫਰਕ ਰੱਖਣਾ ਹੈ ਇਹ ਪੱਲੇ ਦੇ ਵਿੱਚ ਇਸ ਤਰੀਕੇ ਦੇ ਨਾਲ ਪੱਲੇ ਨੂੰ ਰੱਖਣ ਦੇ ਬਾਅਦ ਜਿਹੜੇ ਇਸ ਦੇ ਵਟ ਆ ਬਾਅਦ ਵਿੱਚ ਫਰੋਲ ਕੇ ਤੇ ਥੱਲੇ ਨੂੰ ਲਿਆਉਣੇ ਨੇ ਥੱਲੇ ਨੂੰ ਲਿਆ ਇਹ ਇਸ ਕਰਕੇ ਆਈਦੇ ਆ ਕਿਉਂਕਿ ਜਿਹੜੀ ਉੱਪਰ ਵਾਲੀ ਜਗ੍ਹਾ ਇਸ ਤੇ ਇਸ ਤੋਂ ਅਗਲਾ ਪੱਲਾ ਆ ਜਾਂਦਾ ਹੈ ਤੇ ਉਸ ਦੇ ਕਾਰਨ ਜਿਹੜੇ ਵਟ ਦਿਖਾਈ ਨਹੀਂ ਦਿੰਦੇ ਸੋ ਜਿਹੜੇ ਵਟ ਜ਼ਿਆਦਾ ਦਿਖਾਈ ਦੇਣ ਉਹਨਾਂ ਨੂੰ ਖਿੱਚ ਕੇ ਥੱਲੇ ਨੂੰ ਲਿਆਇਆ ਕਰੋ ਤੇ ਉਸ ਦੇ ਨਾਲ ਜਿਹੜੇ ਵਟ ਆ ਤੁਹਾਡੇ ਪੱਗ ਦੇ ਵਿੱਚ ਜ਼ਿਆਦਾ ਦਿਖਾਈ ਦੇਣਗੇ ਹਮੇਸ਼ਾ ਹੀ ਤੇ ਪੱਗ ਜਿਹੜੀ ਇਹ ਕੋਸ਼ਿਸ਼ ਕਰਿਆ ਕਰੋ ਹਮੇਸ਼ਾ ਸੁੱਕੀ ਪੱਗ ਬੰਨਿਆ ਕਰੋ ਤੇ ਪੂਣੀ ਨੂੰ ਕੰਟਰੋਲ ਕਿਵੇਂ ਕਰਨਾ ਹੈ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਰਿਹਾ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਪੂਰਾ ਦੇਖਣ ਦੇ ਬਾਅਦ ਕਮੈਂਟ ਜਰੂਰ ਕਰਕੇ ਦੱਸਣਾ ਕਿ ਤੁਹਾਡੀ ਜਿਹੜੀ ਇਹ ਸਮੱਸਿਆ ਹੈ ਉਸ ਦਾ ਹੱਲ ਮਿਲਿਆ ਕਿ ਜਾਂ ਨਹੀਂ ਮਿਲਿਆ ਜੇ ਨਹੀਂ ਮਿਲਿਆ ਤਾਂ ਜਰੂਰ ਨਵੀਂ ਵੀਡੀਓ ਵੀ ਲੈ ਕੇ ਆਵਾਂਗੇ ਕਿ ਜਿਹੜੀ ਵੀ ਤੁਹਾਡੀ ਪ੍ਰੋਬਲਮ ਹੋਏਗੀ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਹੁਣ ਬੈਕ ਸਾਈਡ ਤੋਂ ਦੇਖੋ ਫਿਰ ਤੋਂ ਇਸੇ ਤਰੀਕੇ ਨਾਲ ਪਿੰਚ ਲਗਾ ਲੈਣਾ ਹੈ ਠੀਕ ਹੈ ਜੀ ਹੁਣ ਜਿਹੜਾ ਤੀਸਰਾ ਚੌਥਾ ਪੱਲਾ ਹੈ ਜਾਂ ਚੌਥਾ ਪੰਜਵਾਂ ਪੱਲਾ ਵੀ ਜਿਹਨੂੰ ਕਹ ਲਿਆ ਆਪਾਂ ਇਹ ਪੱਲੇ ਦੇ ਵਿੱਚ ਕਪੜਾ ਵੱਧ ਹੁੰਦਾ ਹੈ ਇਸ ਕਰਕੇ ਜਿਹੜੀ ਪੂਣੀ ਦੀ ਆਪਣੀ ਪ੍ਰੋਬਲਮ ਹੈ ਜ਼ਿਆਦਾ ਹੁੰਦੀ ਹੈ ਇਸ ਜਗ੍ਹਾ ਤੇ ਇਸ ਕਰਕੇ ਗੌਰ ਨਾਲ ਦੇਖਣਾ ਇਸ ਵੀਡੀਓ ਨੂੰ ਇੱਥੋਂ ਵੀ ਹਾਂ ਦੇਖੋ ਫਿਰ ਤੋਂ ਜਿਹੜਾ ਬਾਹਰ ਵਾਲੀ ਸਾਈਡ ਹੈ ਉਸ ਨੂੰ ਪੂਰਾ ਖੋਲਣਾ ਹੈ ਤੇ ਅੰਦਰ ਵਾਲੀ ਸਾਈਡ ਨੂੰ ਥੋੜਾ ਘੱਟ ਖੋਲਣਾ ਹੈ ਅੰਦਰ ਵਾਲੀ ਸਾਈਡ ਤੇ ਉੱਪਰ ਵਾਲੀ ਸਾਈਡ ਜਿਹੜੀ ਮੋਟਾ ਪਾਸਾ ਉੱਪਰ ਰੱਖਣਾ ਹੈ ਤੇ ਦੇਖੋ ਅੰਦਰ ਵਾਲੀ ਸਾਈਡ ਨੂੰ ਫਿਰ ਤੋਂ ਉਸੇ ਤਰੀਕੇ ਦੇ ਨਾਲ ਚਾਰ ਉਂਗਲਾਂ ਜੋ ਹੈ ਅਸੀਂ ਘੱਟ ਖੋਲਿਆ ਤੇ ਬਾਹਰ ਵਾਲੀ ਸਾਈਡ ਨੂੰ ਚਾਰ ਉਂਗਲਾਂ ਜ਼ਿਆਦਾ ਖੋਲਿਆ ਹੈ ਰੂਲ ਸੇਮ ਰਹਿਣਗੇ ਚਾਹੇ ਜਿਹੜੀ ਮਰਜ਼ੀ ਪੱਗ ਵੱਨੋ ਫੁੱਲ ਵੈਲਵ ਬਨਉ ਚਾਹੇ ਰੂਬੀਆ ਵੈਲਵ ਬਨਉ ਚਾਹੇ 5 ਪੱਲਿਆਂ ਵਾਲੀ ਬਨਉ ਚਾਹੇ 6 ਪੱਲਿਆਂ ਵਾਲੀ ਖੱਬਾ ਤੇ ਫਿਰ ਤੋਂ ਇਨੀ ਦੂਰ ਜਿਹੜਾ ਬੈਕ ਸਾਈਡ ਤੱਕ ਲੈ ਕੇ ਜਾ ਰਿਹਾ ਪੱਲੇ ਨੂੰ ਠੀਕ ਹੈ ਜੀ ਪਹਿਲਾਂ ਤੋਂ ਅਸੀਂ ਸੱਜੀ ਸਾਈਡ ਤੋਂ ਉੱਪਰਲੀ ਸਾਈਡ ਤੋਂ ਪੱਲਾ ਸੈੱਟ ਕਰੀਦਾ ਤੇ ਕੰਨ ਦੇ ਉੱਪਰ ਹੀ ਰੱਖਿਆ ਹੈ ਠੀਕ ਹੈ ਜੀ ਜੇ ਤੁਸੀਂ 5 ਪੱਲਿਆਂ ਵਾਲੀ ਬਨ ਰਹੇ ਹੋ ਤਾਂ ਤੁਸੀਂ ਜੋ ਦੋ ਪੱਲਿਆਂ ਦੇ ਬਾਅਦ ਪੱਲਾ ਜਿਹੜਾ ਕੰਨ ਤੋਂ ਥੱਲੇ ਲੈ ਕੇ ਆ ਸਕਦੇ ਹੋ ਜੇ ਤੁਸੀਂ ਕਮੈਂਟ ਕਰੋਗੇ ਤਾਂ 5 ਪੱਲਿਆਂ ਵਾਲੀ ਦੀ ਵੀ ਵੀਡੀਓ ਹੀ ਬਣਾ ਦਾਂਗੇ ਕਿ ਕੰਟਰੋਲ ਕਿਵੇਂ ਕਰਨਾ ਹੈ 5 ਪੱਲਿਆਂ ਵਾਲੀ ਪੱਗ ਨੂੰ ਇਸ ਤਰੀਕੇ ਨਾਲ ਉੱਪਰੋਂ ਜਿਹੜਾ ਉਂਗਲਾਂ ਦੀ ਵਰਤੋਂ ਕਰਦੇ ਆ ਪੱਲੇ ਨੂੰ ਸਾਫ਼ ਕਰਦੇ ਜਾਇਆ ਕਰੋ ਹੁਣ ਦੇਖੋ ਪੱਲਾ ਜਿਹੜਾ ਪੂਰਾ ਪਤਲਾ ਹੋ ਗਿਆ ਸੀ ਕਿਉਂਕਿ ਬਾਹਰ ਵਾਲੀ ਸਾਈਡੇ ਅਸੀਂ ਵੱਧ ਖੋਲਦੇ ਆ ਇਸ ਦੇ ਕਾਰਨ ਜਿਹੜਾ ਪੱਲਾ ਸਾਡਾ ਪੂਰਾ ਪਤਲਾ ਦਿਖਾਈ ਦਿੰਦਾ ਇਸ ਤਰੀਕੇ ਦੇ ਨਾਲ ਸੋ ਜਿਹੜੀ ਪ੍ਰੋਬਲਮ ਹੁੰਦੀ ਹੈ ਸੱਜੀ ਸਾਈਡ ਤੇ ਵੀਰਾਂ ਨੂੰ ਕਿ ਜਿਹੜਾ ਪੱਲਾ ਉਹਨਾਂ ਦਾ ਮੋਟਾ ਜਾਂਦਾ ਉਹ ਪ੍ਰੋਬਲਮ ਵੀ ਦੂਰ ਹੋ ਜਾਂਦੀ ਹੈ ਹੁਣ ਇਹ ਵਾਲਾ ਪਿੰਚ 1 ਉਂਗਲ ਅੱਗੇ ਲੱਗੇਗਾ ਇਹ ਵਾਲੀ ਜਗ੍ਹਾ ਤੋਂ 2 ਪਿੰਚ ਜਿਹੜੇ ਪਹਿਲੇ ਸੀ ਸੇਮ ਜਗ੍ਹਾ ਤੇ ਲੱਗੇ ਸੀ ਇਹ ਵਾਲਾ ਪਿੰਚ ਉਸ ਤੋਂ 1 ਉਂਗਲ ਅੱਗੇ ਲੱਗੇਗਾ ਇਸੇ ਤਰੀਕੇ ਨਾਲ ਠੀਕ ਹੈ ਜੀ ਖੱਬਾ ਫਿਰ ਤੋਂ ਇੰਨੀ ਦੂਰ ਫੜਨਾ ਹੈ ਜਿਹੜਾ ਬੈਕ ਸਾਈਡ ਤੱਕ ਪੱਲੇ ਨੂੰ ਲੈ ਕੇ ਜਾ ਸਕੇ ਤਾਂ ਜੋ ਪੂਣੀ ਨੂੰ ਕੰਟਰੋਲ ਕਰ ਸਕੇ ਖੱਬੇ ਸਾਈਡ ਤੋਂ ਪ੍ਰੋਪਰਲੀ ਵੇ ਦੇ ਨਾਲ ਹੁਣ ਫਿਰ ਤੋਂ ਇਸੇ ਤਰੀਕੇ ਨਾਲ ਪਿੰਚ ਲਗਾਉਣ ਦੇ ਬਾਅਦ ਦੇਖੋ ਖੱਬੇ ਹੱਥ ਦੇ ਨਾਲ ਵਰਤੋ ਦੇਖੋ ਚਾਹੇ ਤਾਂ ਜਿੱਥੇ ਮਰਜ਼ੀ ਰੱਖਣਾ ਤੁਸੀਂ ਪੱਲਾ ਰੱਖ ਸਕਦੇ ਹੋ ਕਿਉਂਕਿ ਪੱਲਾ ਜਿਹੜਾ ਦੂਰੋਂ ਫੜਿਆ ਗਿਆ ਖੱਬੇ ਹੱਥ ਦੇ ਨਾਲ ਉਸ ਦੇ ਨਾਲ ਤੁਹਾਡੀ ਪੂਣੀ ਖੁੱਲੇਗੀ ਵੀ ਨਹੀਂ ਤੇ ਕੰਟਰੋਲ ਵੀ ਵਧੀਆ ਤਰੀਕੀ ਨਾਲ ਹੋਏਗੀ ਕਿਉਂਕਿ ਜਿਹੜੀ ਪਗ ਬੰਨਣ ਦਾ ਤਰੀਕਾ ਪਗ ਮੰਨਣੀ ਹਮੇਸ਼ਾ ਜੋ ਹੱਥਾਂ ਦੇ ਨਾਲ ਬੰਨਣੀ ਹੁੰਦੀ ਹੈ ਤੇ ਜਿੰਨੀ ਛੇਤੀ ਤੁਸੀਂ ਹੱਥ ਚਲਾਉਣੇ ਸਿੱਖ ਲਓਗੇ ਉਹਨਾਂ ਵਧੀਆ ਹੱਥ ਚਲਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਪੂਣੀ ਨੂੰ ਕੰਟਰੋਲ ਕਿਵੇਂ ਕਰਨਾ ਹੈ ਸੋ ਪੂਣੀ ਨੂੰ ਕੰਟਰੋਲ ਇਸੇ ਤਰੀਕੇ ਨਾਲ ਕਰ ਸਕਦੇ ਹੋ ਕਿ ਜਿੰਨਾ ਤੁਸੀਂ ਦੂਰੋਂ ਫੜਿਆ ਕਰੋਗੇ ਪੂਣੀ ਨੂੰ ਉਹਨਾਂ ਤੋਂ ਹੀ ਵਧੀਆ ਕੰਟਰੋਲ ਕਰੋਗੇ ਹੁਣ ਦੂਰ ਤੋਂ ਮੇਰਾ ਭਾਵੇਂ ਨਹੀਂ ਕਿ ਜਿਆਦਾ ਹੀ ਦੂਰੋਂ ਫੜ ਲਓ ਕਿ ਉਹ ਜਿਆਦਾ ਹੀ ਕੰਟਰੋਲ ਤੋਂ ਬਾਹਰ ਹੋ ਜੇ ਬਸ ਇੰਨਾ ਕੁ ਦੂਰੋਂ ਫੜਨਾ ਕਿ ਜਿਹੜਾ ਬੈਕ ਸਾਈਡ ਤੱਕ ਖੱਬੇ ਪਾਸੇ ਨੂੰ ਲੈ ਕੇ ਜਾ ਸਕੇ ਠੀਕ ਹੈ ਜੀ ਇੰਨਾ ਦੂਰੋਂ ਫੜਿਆ ਕਰੋ ਖੱਬੀ ਸਾਈਡ ਤੋਂ ਉਸ ਦੇ ਨਾਲ ਤੁਹਾਡੇ ਵਟਾਂ ਵਾਲਾ ਪਾਸਾ ਜਿਹੜਾ ਉਹ ਵੀ ਤੁਹਾਡਾ ਪ੍ਰੋਪਰਲੀ ਕੰਟਰੋ ਉਸ ਦੇ ਨਾਲ ਤੁਹਾਡਾ ਜਿਹੜਾ ਬੈਕ ਸਾਈਡ ਤੋਂ ਲੈ ਕੇ ਤੇ ਸੱਜੀ ਸਾਈਡ ਤੱਕ ਜਿਹੜਾ ਪਾਸਾ ਕੰਟਰੋਲ ਤੇ ਰਹੇਗਾ ਪੂਣੀ ਦਾ ਚਾਹੇ ਜਿਹੜੀ ਮਰਜ਼ੀ ਪੱਗ ਬਨੋ ਤੁਸੀਂ ਮੈਂ ਉਮੀਦ ਕਰਦਾ ਕਿ ਇਹ ਵੀਡੀਓ ਨੂੰ ਦੇਖਣ ਦੇ ਬਾਅਦ ਜਿਹੜੀ ਤੁਹਾਡੀ ਇਹ ਪ੍ਰੋਬਲਮ ਆਉਣੀ ਨਹੀਂ ਚਾਹੀਦੀ ਤੁਹਾਨੂੰ ਜੇ ਫਿਰ ਵੀ ਆਵੇ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਇੰਸਟਾਗ੍ਰam ਦਾ ਲਿੰਕ ਦਿੱਤਾ ਗਿਆ ਡਿਸਕ੍ਰਿਪਸ਼ਨ ਦੇ ਵਿੱਚ ਉੱਥੇ ਜਾ ਕੇ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋ ਇਸ ਤਰੀਕੇ ਨਾਲ ਫਰੰਟ ਸਾਈਡ ਤੋਂ ਵੀ ਦਬਲਿਆ ਕਰੋ ਉਸ ਦੇ ਨਾਲ ਪੱਗ ਦੀ ਜਿਹੜੀ ਸ਼ੇਪ ਹੈ ਉਹ ਸਹੀ ਰਹਿੰਦੀ ਹੈ ਬਰਕਰਾਰ ਰਹਿੰਦੀ ਹੈ ਹੁਣ ਬੈਕ ਸਾਈਡ ਤੋਂ ਫਿਰ ਤੋਂ ਦੇਖੋ ਪੱਲਾ ਜਿਆਦਾ ਮੋਟਾ ਹੈ ਇਸੇ ਤਰੀਕੇ ਨਾਲ ਪਿੰਚ ਕਰ ਲੈਣਾ ਹੈ ਉੱਪਰ ਜਿਹੜੀ ਸਾਈਡ ਤੋਂ ਵੀ ਥੱਲੇੜੀ ਵਾਲੀ ਸਾਈਡ ਤੋਂ ਵੀ ਇਸ ਦੇ ਨਾਲ ਬੈਕ ਸਾਈਡ ਤੋਂ ਜਿਹੜੀ ਪਾਗੇ ਤੁਹਾਡੀ ਜਿਆਦਾ ਚੌੜੀ ਨਹੀਂ ਦਿਖਾਈ ਦੇਗੀ ਕਈ ਵੀਰਾਂ ਨੂੰ ਇਹਹੀ ਪ੍ਰੋਬਲਮ ਹੁੰਦੀ ਹੈ ਕਿ ਬੈਕ ਸਾਈਡ ਤੋਂ ਪਾਗ ਜਿਹੜੀ ਉਹਨਾਂ ਦੀ ਮੋਟੀ ਜਿਹੀ ਦਿਖਾਈ ਦਿੰਦੀ ਹੈ ਜਾਂ ਜਿਆਦਾ ਹੀ ਚੌੜੀ ਜਿਹੀ ਦਿਖਾਈ ਦਿੰਦੀ ਹੈ ਉਸੇ ਕਰਕੇ ਦਿਖਾਈ ਦਿੰਦੀ ਹੈ ਕਿ ਬੈਕ ਸਾਈਡ ਤੋਂ ਪਿੰਚ ਨਹੀਂ ਲਗਾਉਂਦੇ ਹੁਣ ਸੱਜੀ ਸਾਈਡ ਤੋਂ ਫਿਰ ਤੋਂ ਦੇਖੋ ਸੇਮ ਉਹੀ ਪ੍ਰੋਸੈਸ ਚਾਰ ਉਂਗਲਾਂ ਜੋ ਹੈ ਪੱਲੇ ਨੂੰ ਵੱਧ ਖੋਲ ਲੈਣਾ ਹੈ ਅੰਦਰ ਵਾਲੀ ਸਾਈਡ ਤੋਂ ਬਾਹਰ ਵਾਲੀ ਸਾਈਡ ਤੋਂ ਚਾਰ ਉਂਗਲਾਂ ਵੱਧ ਖੋਲਣਾ ਹੈ ਹਾਂਜੀ ਇਸ ਤਰੀਕੇ ਨਾਲ ਦੇਖ ਸਕਦੇ ਹੋ ਕਿ ਜਿਹੜੀ ਪੂਣੀ ਹੈ ਉਹ ਬਾਹਰ ਵਾਲੀ ਸਾਈਡ ਫਿਰ ਤੋਂ ਜਿਹੜੀ ਅਸੀਂ ਚਾਰ ਉਂਗਲਾਂ ਵੱਧ ਖੋਲੀ ਹੈ ਤੇ ਅੰਦਰ ਵਾਲੀ ਸਾਈਡ ਜਿਹੜੀ ਹੈ ਉਹ ਚਾਰ ਉਂਗਲਾਂ ਘੱਟ ਖੋਲੀ ਹੈ ਜੀ ਠੀਕ ਹੈ ਜੀ ਹੁਣ ਦੇਖੋ ਬੈਕ ਸਾਈਡ ਤੋਂ ਜੋ ਹੈ ਪਹਿਲਾਂ ਸੈੱਟ ਕਰੀਦਾ ਹੁੰਦਾ ਹੈ ਪੱਲੇ ਨੂੰ ਸੱਜੀ ਸਾਈਡ ਤੋਂ ਇਸ ਤਰੀਕੇ ਦੇ ਨਾਲ ਉੱਪਰ ਦੀ ਸਾਈਡ ਜਿਸ ਨੂੰ ਕਹਿੰਦੇ ਆਹ ਵਾਲੀ ਜਗ੍ਹਾ ਤੋਂ ਸੈੱਟ ਕਰੀਦਾ ਪਹਿਲਾਂ ਬੈਕ ਸਾਈਡ ਤੋਂ ਠੀਕ ਹੈ ਜੀ ਇਸ ਦੇ ਨਾਲ ਦੋ ਦੋ ਉਂਗਲਾਂ ਦਾ ਜਿਹੜਾ ਗੈਪ ਮੇਨਟੇਨ ਰੱਖਣਾ ਹੈ ਆਪਾਂ ਤੁਸੀਂ ਚਾਹੇ ਤਾਂ ਡੇਢ ਉਂਗਲ ਦਾ ਗੈਪ ਵੀ ਰੱਖ ਸਕਦੇ ਹੋ ਚਾਹੇ 1 ਉਂਗਲ ਦਾ ਗੈਪ ਜਿੰਨਾ ਤੁਸੀਂ ਰੱਖਣਾ ਚਾਹੋ ਰੱਖ ਸਕਦੇ ਹੋ ਅਸੀਂ ਜਿਹੜੀ ਅੱਜ ਪਾਗ ਬਨ ਰਹੇ ਆ ਪਟੇਲਾ ਸ਼ਾਈ ਪਾਗੇ ਵਟਾਂ ਵਾਲੀ ਇਸ ਕਰਕੇ ਜਿਹੜਾ ਇਸ ਦਾ ਗੈਪ ਹੈ ਅਸੀਂ 2 2 ਉਂਗਲਾਂ ਦਾ ਗੈਪ ਰੱਖ ਰਹੇ ਹਾਂ ਹੁਣ ਇਹ ਵਾਲੀ ਜਗ੍ਹਾ ਤੋਂ ਪਿੰਚ ਲੱਗੇਗਾ ਜਿੱਥੇ ਪਹਿਲਾ ਪਿੰਚ ਲੱਗਾ ਸੀ ਉਸ ਤੋਂ ਇੱਕ ਉਂਗਲ ਅੱਗੇ ਇਸ ਤੋਂ ਅਗਲਾ ਪਿੰਚ ਲੱਗਾ ਸੀ ਹੁਣ ਇਹ ਵਾਲਾ ਪਿੰਚ ਇਸ ਤੋਂ ਵੀ ਇੱਕ ਉਂਗਲ ਅੱਗੇ ਲੱਗੇਗਾ ਚੌਥਾ ਪਿੰਚ ਹੈ ਇਸ ਕਰਕੇ ਜਿਹੜਾ ਇੱਕ ਉਂਗਲ ਅੱਗੇ ਪਿੰਚ ਲੱਗੇਗਾ ਜੀ ਸੱਜੀ ਅੱਖ ਦੀ ਨੁੱਕਰ ਤੇ ਪਿੰਚ ਲੱਗੇਗਾ ਜਿੱਥੇ ਪਿਛਲਾ ਪ ਇਸ ਤਰੀਕੇ ਨਾਲ ਪੱਲਾ ਜੋ ਪਤਲਾ ਕਰਨ ਦੇ ਬਾਅਦ ਅੰਗੂਠਾ ਰੱਖ ਕੇ ਫਿਰ ਤੂੰ ਇਸੇ ਤਰੀਕੇ ਦੇ ਨਾਲ ਦੇਖੋ ਖੱਬੇ ਹੱਥ ਦੇ ਨਾਲ ਪੂਣੀ ਨੂੰ ਕੰਟਰੋਲ ਕਰ ਰਹੇ ਹਾਂ ਅਸੀਂ ਪਿੰਚ ਤੋਂ ਬਾਅਦ ਖੱਬੇ ਹੱਥ ਦੇ ਨਾਲ ਪੂਣੀ ਨੂੰ ਫੜਿਆ ਹੈ ਉਸ ਦੇ ਕਾਰਨ ਕਿ ਇਹ ਪੂਣੀ ਹਿੱਲੇ ਨਹੀਂ ਤੁਹਾਡਾ ਖੱਬਾ ਹੱਥ ਦੇਖੋ ਫਿਰ ਤੂੰ ਇੰਨੀ ਦੂਰ ਹੈ ਜਿਹੜਾ ਬੈਕ ਸਾਈਡ ਤੱਕ ਪੱਲੇ ਨੂੰ ਲੈ ਕੇ ਜਾ ਰਿਹਾ ਹੁਣ ਦੇਖੋ ਪੱਲਾ ਪਤਲਾ ਹੋਣ ਦੇ ਕਾਰਨ ਵਾਟ ਜਿਹੜੇ ਨੇ ਆਸਾਨੀ ਦੇ ਨਾਲ ਪੈਂਦੇ ਨੇ ਜਿੰਨਾ ਤੁਹਾਡਾ ਪੱਲਾ ਪਤਲਾ ਰਹੇਗਾ ਉਹਨੇ ਤੁਹਾਡੇ ਜਿਹੜੇ ਵਾਟੇ ਹੋ ਜ਼ਿਆਦਾ ਪੈਂਦੇ ਰਹਿਣਗੇ ਇਹ ਗੱਲ ਦਾ ਖਾਸ ਧਿਆਨ ਰੱਖਣਾ ਤੁਸੀਂ ਉੱਪਰ ਵਾਲੀ ਸਾਈਡ ਤੋਂ ਜਿਹੜਾ ਉਂਗਲਾਂ ਦੀ ਵਰਤੋਂ ਕਰਕੇ ਜੋ ਪੱਲੇ ਨੂੰ ਸਾਫ਼ ਕਰਦੇ ਜਾਇਆ ਕਰੋ ਨਾਲ ਦੀ ਨਾਲ ਤੇ ਇਹ ਵਾਲਾ ਜਿਹੜਾ ਪਾਸਾ ਹੈ ਇਸ ਦੀ ਪੂਣੀ ਜਿਹੜੀ 4 ਜਾਂ 5 ਉਂਗਲਾਂ ਖੋਲਿਆ ਕਰੋ ਇਸ ਤੋਂ ਜ਼ਿਆਦਾ ਪੂਣੀ ਨਹੀਂ ਖੋਲਣੀ ਅਸੀਂ ਵੀਰ ਇਹੀ ਕਰਦੇ ਆ ਕਿ ਜਿਹੜੇ 4-5 ਪੱਲੇ 4 ਕ ਪੱਲੇ ਤੋਂ ਬਾਅਦ ਜਿਹੜੀ ਪੂਣੀ ਆ ਵੱਧ ਖੋਲ ਲੈਂਦੇ ਨੇ ਖੱਬੀ ਸਾਈਡ ਤੋਂ ਆ ਕੇ ਉਸ ਦੇ ਨਾਲ ਉਹਨਾਂ ਦੀ ਪੂਣੀ ਦੇ ਇੱਕ ਤਾਂ ਪੂਣੀ ਖੁੱਲ ਜਾਂਦੀ ਏ ਤੇ ਦੂਸਰਾ ਉਹਨਾਂ ਦੀ ਜਿਹੜੀ ਸ਼ੇਪ ਸਹੀ ਨਹੀਂ ਹੁੰਦੀ ਪੱਗ ਦੀ ਸੋ ਮੇਰੀ ਗੁਜਾਰਿਸ਼ ਇਹੀ ਹੈ ਵੀਰਾਂ ਨੂੰ ਕਿ ਜਿਹੜੀ ਖੱਬੀ ਸਾਈਡ ਤੇ ਪੂਣੀ ਉਸ ਨੂੰ ਹੀ ਜਿਹੜਾ 4 ਜਾਂ 5 ਉਂਗਲਾਂ ਹੀ ਖੋਲਣਾ ਇਸ ਤੋਂ ਜ਼ਿਆਦਾ ਨਹੀਂ ਤੇ ਵਟ ਜਿਹੜੇ ਫਰੋਲਨੇ ਜ਼ਰੂਰ ਨੇ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੈਗਾ ਕਿ ਅਸੀਂ ਜਿਹੜਾ ਪਿੰਚ ਲਗਾਉਣ ਦੇ ਬਾਅਦ ਜਿਹੜਾ ਖੱਬੀ ਸਾਈਡ ਤੇ ਵਟਾਂ ਦੇ ਵੀ ਕਾਫੀ ਟਾਈਮ ਲਗਾਉਨੇ ਆ ਉਹ ਟਾਈਮ ਇਸੇ ਕਰਕੇ ਲਗਾਉਨੇ ਆ ਕਿ ਜਿੰਨੇ ਸਾਡੇ ਵਟ ਆਪਾਂ ਫਰੋਲ ਕੇ ਵੱਧ ਤੋਂ ਵੱਧ ਖਾ ਸਕਾਂਗੇ ਉਹਨੇ ਜਿਹੜੇ ਵਧੀਆ ਰਹਿਣਗੇ ਹੁਣ ਬੈਕ ਸਾਈਡ ਤੋਂ ਫਿਰ ਤੋਂ ਉਹੀ ਰੂਲ ਕਿ ਪਿੰਚ ਲਗਾ ਲਿਆ ਠੀਕ ਹੈ ਜੀ ਪਿੰਚ ਲਗਾਉਣ ਦੇ ਨਾਲ ਕੀ ਹੈ ਬੈਕ ਸਾਈਡ ਤੋਂ ਤੁਹਾਡੀ ਪੂਣੀ ਨਹੀਂ ਖੁੱਲੇਗੀ ਇੱਕ ਤੁਹਾਡਾ ਸਿਰਦਰਦ ਨਹੀਂ ਕਰੇਗਾ ਤੇ ਸੱਚੀ ਸਾਈਡ ਦੀ ਜਿਹੜੀ ਸ਼ੇਪ ਆ ਉਹ ਵੀ ਤੁਹਾਡੀ ਪੂਰੀ ਸਹੀ ਆਏਗੀ ਹੁਣ ਫਿਰ ਤੋਂ ਉਸੇ ਤਰੀਕੇ ਦੇ ਨਾਲ ਬਾਹਰ ਵਾਲੀ ਸਾਈਡ ਜਿਹੜੀ 4 ਉਂਗ ਇਸੇ ਤਰੀਕੇ ਨਾਲ ਪੱਲਾ ਅਸੀਂ ਸੈੱਟ ਕਰਨਾ ਹੈ ਬੈਕ ਸਾਈਡ ਤੋਂ ਸੈੱਟ ਕਰਦੇ ਆਂ ਜੋ ਫਰੰਟ ਸਾਈਡ ਤੱਕ ਅਸੀਂ ਲੈ ਕੇ ਆਉਣਾ ਹੈ ਉੱਪਰਲੀ ਸਾਈਡ ਤੋਂ ਤੇ ਫਿਰ ਜੋ ਅੱਖ ਵਾਲੀ ਸਾਈਡ ਤੋਂ ਖੋਲਣਾ ਹੈ ਅੱਖ ਵਾਲੀ ਸਾਈਡ ਤੋਂ ਅੱਖ ਤੱਕ ਖੋਲਣਾ ਹੈ ਪੂਰਾ ਪੱਲਾ ਕਿਉਂਕਿ ਇਸ ਦੇ ਉੱਪਰ ਸਾਡਾ ਜਿਹੜਾ ਅਖੀਲਾ ਪੱਲਾ ਲੱਗੇਗਾ ਇਸ ਤਰੀਕੇ ਨਾਲ ਸਾਫ਼ ਕਰਕੇ ਤੁਸੀਂ ਪੱਲਾ ਲਗਾ ਸਕਦੇ ਹੋ ਇਹ ਦੋ ਤਰੀਕਿਆਂ ਨਾਲ ਲਗਾ ਸਕਦੇ ਆਂ ਅਸੀਂ ਆਖਰੀ ਪਿੰਚ ਇਹ ਵਾਲੀ ਜਗ੍ਹਾ ਤੇ ਪਿੰਚ ਲੱਗੇਗਾ ਜੀ ਨੱਕ ਤੇ ਅੱਖ ਦੇ ਸੈਂਟਰ ਚ ਪਿੰਚ ਲੱਗੇਗਾ ਜੀ ਇਹ ਵਾਲੀ ਜਗ੍ਹਾ ਤੋਂ ਠੀਕ ਹੈ ਜੀ ਇਹ ਚਾਹੇ ਤਾਂ ਤੁਸੀਂ ਅੰਗੂਠੇ ਦੀ ਵਰਤੋਂ ਦੇ ਨਾਲ ਲਗਾਓ ਠੀਕ ਹੈ ਜੀ ਕੱਪੜਾ ਕੱਟ ਹੋਣ ਕਰਕੇ ਇਸ ਤਰੀਕੇ ਦੇ ਨਾਲ ਵੀ ਪਿੰਚ ਲਗਾ ਸਕਦੇ ਹੋ ਠੀਕ ਹੈ ਜੀ ਤੇ ਚਾਹੇ ਤੁਸੀਂ ਜਿਵੇਂ ਅਸੀਂ ਪਹਿਲਾਂ ਪਿੰਚ ਲਗਾਉਣ ਦੇ ਆ ਰਹੇ ਹਾਂ ਇਸ ਤਰੀਕੇ ਦੇ ਨਾਲ ਵੀ ਪਿੰਚ ਲਗਾ ਸਕਦੇ ਹੋ ਤੁਹਾਡੇ ਉੱਪਰ ਡਿਪੈਂਡ ਕਰਦਾ ਕਿ ਕਿਵੇਂ ਲਗਾਉਣਾ ਚਾਹੁੰਦੇ ਹੋ ਪਿੰਚ ਅਸੀਂ ਦੋਵੇਂ ਤਰੀਕੇ ਨਾਲ ਪਿੰਚ ਲਗਾ ਸਕਦੇ ਹਾਂ ਇਹਨਾਂ ਦੋਵਾਂ ਦੇ ਵਿੱਚੋਂ ਅਖੀਰਲੇ ਪੱਲੇ ਦੇ ਇਸ ਤਰੀਕੇ ਦੇ ਨਾਲ ਇਹ ਇਹ ਵਾਲਾ ਪਿੰਚ ਲਗਾਉਂਦਾ ਇਸ ਤਰੀਕੇ ਦੇ ਪਿੰਚ ਲਗਾਉਣ ਦੇ ਨਾਲ ਫਾਇਦਾ ਇਹ ਹੁੰਦਾ ਹੈ ਕਿ ਜਿਹੜਾ ਵਾਟੇ ਉਹ ਜ਼ਿਆਦਾ ਪੈ ਜਾਂਦੇ ਨੇ ਪੱਲੇ ਦੇ ਵਿੱਚ ਖੇਲੇ ਪੱਲੇ ਦੇ ਵਿੱਚ ਵੀ ਇਸ ਕਰਕੇ ਅਸੀਂ ਇਸ ਪਿੰਚ ਦੀ ਵਰਤੋਂ ਕੀਤੀ ਹੈ ਇਸ ਤੋਂ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਇਸ ਪਿੰਚ ਦੀ ਵਰਤੋਂ ਕੀਤੀ ਹੈ ਦੂਸਰੇ ਪਿੰਚ ਦੀ ਵੀ ਵਰਤੋਂ ਕੀਤੀ ਹੈ ਜਿਨ੍ਹਾਂ ਵੀਰਾਂ ਨੇ ਵੀਡੀਓਜ਼ ਉਹ ਦੇਖੀਆਂ ਨੇ ਉਹਨਾਂ ਨੂੰ ਪਤਾ ਹੋਵੇਗਾ ਕਿ ਇਹ ਪਿੰਚ ਕਿਵੇਂ ਲਗਾਉਨੇ ਆ ਸੀ ਹੁਣ ਜਿਵੇਂ ਇਹ ਖੇਲਾ ਪੱਲਾ ਲਗਾਉਣਾ ਹੈ ਇਸ ਨੂੰ ਇਸੇ ਤਰੀਕੇ ਨਾਲ ਖੋਲ ਕੇ ਦੋਵੇਂ ਸਾਈਡਾਂ ਜਿਹੜੀਆਂ ਅੰਦਰ ਨੂੰ ਫੋਲਡ ਕਰ ਲੈਣੀਆਂ ਨੇ ਬੂਣੀ ਦੀਆਂ ਠੀਕ ਹੈ ਜੀ ਇਹ ਤਾਂ ਸਾਰੇ ਵੀਰ ਜਾਣਦੇ ਆ ਸੀ ਅੰਦਰਲੀ ਸਾਈਡ ਨੂੰ ਫੋਲਡ ਕਰਨ ਦੇ ਬਾਅਦ ਜਿਹੜਾ ਇਹ ਵਾਲਾ ਪੱਲਾ ਹੈ ਇਹ ਚਾਹੇ ਤਾਂ ਤੁਸੀਂ ਸਿੱਧਾ ਲਗਾਓ ਚਾਹੇ ਮੋੜ ਨਹੀਂ ਲਗਾਓ ਚਾਹੇ ਜਿਹੜਾ ਵੀ ਸਟਾਈਲ ਤੁਸੀਂ ਲਗਾਉਣਾ ਚਾਹੋ ਲਗਾ ਸਕਦੇ ਹੋ ਹੁਣ ਸੱਜੀ ਸਾਈਡ ਤੋਂ ਚਾਹੇ ਤਾਂ ਜ਼ਿਆਦਾ ਖੋਲੋ ਚਾਹੇ ਘੱਟ ਖੋਲੋ ਇਹ ਵੀ ਤੁਹਾਡੇ ਉੱਪਰ ਡਿਮੈਂਡ ਹੈ ਕਿ ਕਿੰਨੀ ਤੁਸੀਂ ਪੱਗ ਦੀ ਆਖੇ ਦੇ ਪੱਲਾ ਲਗਾਉਣਾ ਚਾਹੁੰਦੇ ਹੋ ਖੋਲ ਕੇ ਜਿੰਨਾ ਤੁਹਾਡੇ ਫੇਸ ਦੇ ਉੱਪਰ ਜਾਇਦਾ ਹੈ ਉਹਨਾਂ ਤੁਸੀਂ ਲਗਾਓ ਅਸੀਂ ਕੋਸ਼ਿਸ਼ ਕਰਾਂਗੇ ਕਿ 4 ਜਾਂ 5 ਉਂਗਲਾਂ ਖੋਲੀਏ ਵੱਧ ਤੋਂ ਵੱਧ ਤੇ ਜਿਹੜਾ ਸੈਂਟਰ ਬਣਾਉਣਾ ਹੈ ਇਸ ਦਾ ਨੱਕ ਦੇ ਸੇਹ ਤੋਂ ਸੈਂਟਰ ਬਣਾਵਾਂਗੇ ਆਪਾਂ ਇਸ ਤਰੀਕੇ ਦੇ ਨਾਲ ਜੋ ਹੈ ਅਸੀਂ ਪਿੰਚ ਲ ਇਥੋਂ ਟੈਸਟ ਕਰਕੇ ਜੋ ਪੱਲਾ ਲਗਾ ਦੇਣਾ ਤੁਸੀਂ ਇੱਥੇ ਪੱਗ ਪੈਂਦੀ ਵਰਤੋਂ ਕਰ ਸਕਦੇ ਹੋ ਅਖੀਰਲਾ ਪੱਲਾ ਲਗਾਉਣ ਵਾਸਤੇ ਅਸੀਂ ਪੱਗ ਪੈਂਦੀ ਵਰਤੋਂ ਨਹੀਂ ਕਰਦੇ ਹੁਣ ਜਿਹੜਾ ਹੱਥਾਂ ਦੇ ਨਾਲ ਜਿਹੜੀ ਬੱਗੀ ਬੱਗ ਦੀਆਂ ਕਮੀਆਂ ਪੇਸ਼ੀਆਂ ਉਹਨਾਂ ਨੂੰ ਦੂਰ ਕਰਨਾ ਹੈ ਮੈਂ ਉਮੀਦ ਕਰਦਾ ਕਿ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਲਈ ਜ਼ਰੂਰ ਫਾਇਦੇਮੰਦ ਹੋਏਗੀ ਜਿਹੜੇ ਵੀਰਾਂ ਕੋਲ ਜਿਹੜੀ ਪੂਣੀ ਕੰਟਰੋਲ ਨਹੀਂ ਹੁੰਦੀ ਉਹਨਾਂ ਦੀ ਪੂਣੀ ਜ਼ਰੂਰ ਕੰਟਰੋਲ ਹੋਵੇਗੀ ਇਸ ਦੇ ਬਾਅਦ ਜਿਹੜੇ ਹੱਥਾਂ ਦੇ ਨਾਲ ਜਿੰਨੀਆਂ ਵੀ ਕਮੀਆਂ ਪੇਸ਼ੀਆਂ ਤੁਸੀਂ ਦੂਰ ਕਰ ਸਕਦੇ ਹੋ ਬਾਜ ਦੀ ਵਰਤੋਂ ਵੀ ਕਰ ਸਕਦੇ ਹੋ ਵਟਾਂ ਨੂੰ ਸੰਗਣਿਆ ਕਰਨ ਵਾਸਤੇ ਤੁਸੀਂ ਪੱਗ ਪੈਂਦੀ ਵਰਤੋਂ ਕਰ ਸਕਦੇ ਹੋ ਬਾਈ ਦੀ ਵਰਤੋਂ ਕਰ ਸਕਦੇ ਹੋ ਜਾਂ ਕੋਈ ਸੂਈ ਜਾਂ ਗੰਦੂਈ ਦੀ ਵਰਤੋਂ ਵੀ ਕਰ ਸਕਦੇ ਹੋ ਸਾਰੀਆਂ ਜਿਹੜੀਆਂ ਬਾਕੀ ਵੀਡੀਓ ਸਨ ਉਹਨਾਂ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਹੈ ਕਿ ਪੱਗ ਦਾ ਬੇਸ ਕਿਵੇਂ ਬੰਨਣਾ ਹੈ ਪੱਗ ਦੀ ਪੂਣੀ ਕਿਵੇਂ ਕਰਨੀ ਹੈ ਜਿਆਦਾ ਵੱਟ ਕਿਵੇਂ ਪਾਉਣੇ ਨੇ ਪਿੰਚ ਪ੍ਰੋਬਲਮ ਜਿਹੜੀ ਹੁੰਦੀ ਉਹਨਾਂ ਵੀਰਾਂ ਨੂੰ ਕਿ ਪਿੰਚ ਕਿਵੇਂ ਸਹੀ ਤਰੀਕੇ ਨਾਲ ਲਗਾਉਣਾ ਹੈ ਉਹ ਵੀਡੀਓ ਤੁਸੀਂ ਜਾ ਕੇ ਉਹ ਲਿੰਕ ਤੇ ਜਾ ਕੇ ਦੇਖ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹਦਾ ਲਿੰਕ ਦਿੱਤਾ ਗਿਆ ਤੁਹਾਨੂੰ ਸੋ ਚੈਨਲ ਨੂੰ ਜੋ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨੀਆਂ ਵੀਡੀਓਸ ਨੇ ਜਿਹੜੇ ਵੀਰ ਨਵੇਂ ਜੁੜੇ ਨੇ ਚੈਨਲ ਦੇ ਨਾਲ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਛੱਤ ਜਿਹੜੀ ਕਵਰ ਕਰਨੀ ਹੈ ਸਭ ਤੋਂ ਪਹਿਲਾਂ ਉਂਗਲਾਂ ਦਾ ਕਵਰ ਕਰਨੀ ਹੈ ਉਸਦੇ ਬਾਅਦ ਬਾਜ ਦੀ ਵਰਤੋਂ ਕਰਨੀ ਹੈ ਛੱਤ ਜਿਹੜੀ ਕਵਰ ਕਰਨੀ ਹੈ ਉਸ ਦੇ ਉੱਪਰ ਵੀ ਵੀਡੀਓ ਲੈ ਕੇ ਆ ਜਾਵਾਂਗੇ ਜੇ ਤੁਸੀਂ ਕਹੋਗੇ ਤਾਂ ਜਲਦੀ ਮਿਲਾਂਗੇ ਨਵੇਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ